ਸਈ ਅਹਿਮਦ ਅਲੀ ਕਲਾਮ ਦੇ ਹਵਾਲੇ ਨਾਲ ਸਿੱਖ ਖਿੱਤੇ ਪਟਵਾਰ ਬਹੁਤ ਜ਼ਿਆਦਾ ਜ਼ਰਖੇਜ਼ ਹੈ। ਕਾਸਿਮ ਇਕਬਾਲ ਜਲਾਲੀ ਉੱਥੋਂ ਦੇ ਰਹਿਣ ਵਾਲੇ ਹਨ। ਤੁਹਾਨੂੰ ਅਹਿਮਦ ਅਲੀ ਸਾਈਂ ਦੀ ਹਰਫੀਆਂ ਜਿਹੜਾ ਕਲਾਮ ਹੈ ਉਹ ਥੋੜ੍ਹਾ ਜਿਹਾ ਤੁਹਾਨੂੰ ਸੁਣਾ ਸਨ। ਉਹਨਾਂ ਨੇ ਇਸ 'ਤੇ ਇੱਕ ਮਕਾਲਾ ਵੀ ਭਰਪੂਰ ਲਿਖਿਆ ਆ, ਲੇਕਿਨ ਅਸੀਂ ਮੈਂ ਗੁਜ਼ਾਰਿਸ਼ ਹੈ ਕਿਉਂਕਿ ਸਾਨੇ ਮਕਾਲਿਆਂ ਦਾ ਸਿਲਸਿਲਾ ਖਤਮ ਕਰ ਰਿਹਾ, ਉਹਨਾਂ ਅਸੀਂ ਗੁਜ਼ਾਰਿਸ਼ ਕਿ ਉਹ ਆ ਕੇ ਅਹਿਮਦ ਅਲੀ ਸਾਈਂ ਦਾ ਕਲਾਮ ਪੇਸ਼ ਕਰਨ। ਖਿੱਤੇ ਪਟਵਾਰ ਵਿੱਚ ਹੁਣ ਵੀ ਸਾਈਂ ਦਾ ਕਲਾਮ ਸੀਨੀਆਂ 'ਤੇ ਛੁਪਿਆ ਹੋਇਆ ਹੈ। ਸਾਈਂ ਦੇ ਆਸ਼ਕਾਂ ਸੀ ਸਾਡੀ ਖੁਆਇਸ਼ ਦਰਖਾਸਤ ਹੈ ਕਿ ਉਹ ਸਾਈਂ ਦੇ ਕਲਾਮ ਨੂੰ ਸਾਡੇ ਤੱਕ ਪਹੁੰਚਾਉਣ। ਮਿਹਰਬਾਨੀ ਸਰ, ਸ਼ੁਕਰੀਆ। ਸਾਈਂ ਸਰਕਾਰ ਫਰਮਾਉਂਦੇ ਨੇ, ਹਾਲ ਦੀ ਗੁਜ਼ਰ ਮੈਂ ਕੀ ਦੱਸਾਂ, ਹੇ ਹਾਲ ਦੀ ਗੁਜ਼ਰ ਮੈਂ ਕੀ ਦੱਸਾਂ, ਨਾ ਕੋਈ ਝੌਂਪੜੀ ਨਾ ਆਸਤਾਨ ਰੱਖਣਾ, ਨਜ਼ਰ ਨਾਲ ਜਾਂ ਪਹੁੰਚਾਂ ਸ਼ਿਕਾਰ ਉੱਤੇ, ਸਖਣੇ ਹੱਥ ਨਾ ਤੀਰ ਕਮਾਨ ਰੱਖਣਾ। ਜਿਹੜਾ ਨੂੰਹ ਦੇ ਤੂਫਾਨ ਨੂੰ ਮਾਤ ਕਰਦਾ ਏ, ਜਿਹੜਾ ਨੂੰਹ ਦੇ ਤੂਫਾਨ ਨੂੰ ਮਾਤ ਕਰਦਾ ਏ, ਆਪਣੀ ਚਸ਼ਮ ਵਿੱਚ ਉਹ ਤੂਫਾਨ ਰੱਖਣਾ। ਸਾਈਆਂ ਜਿਹੜਾ ਕੁਲ ਆਲਮ ਦਾ ਰੱਬ ਹੈ ਵੇ, ਮੈਂ ਨੀ ਤੁਸ ਦੇ ਸਹਾਰੇ ਦਾ ਮਾਨ ਰੱਖਣਾ। ਚੂੰਕਿ ਵਕਤ ਕਮ ਹੈ, ਸਿਰਫ ਦੋ ਹਰਫੀਆਂ ਹਜ਼ੂਰ ਸਾਈਂ ਅਹਿਮਦ ਅਲੀ ਰਾਨੀ ਕੀ, ਹਜ਼ੂਰ ਸਾਈਂ ਅਹਿਮਦ ਅਲੀ ਪਿਸ਼ੌਰੀ ਕੀ ਮਦਮ ਹੈ। ਜਾਦੂਗਰ ਜਿਹੜੇ ਸੁਖਨਿਸਤਾਨ ਅੰਦਰ, ਜਾਦੂਗਰ ਜਿਹੜੇ ਸੁਖਨਿਸਤਾਨ ਅੰਦਰ, ਕਰਦੇ ਉਹਨਾਂ 'ਤੇ ਸੁਖਨ ਫਸੂ ਤੇਰੇ, ਫੰਨੇ ਅਰਫੀ ਦੇ ਵੱਡੇ ਸ਼ਹਿਬਾਜ਼ ਜਿਹੜੇ, ਫੰਨੇ ਅਰਫੀ ਦੇ ਵੱਡੇ ਸ਼ਹਿਬਾਜ਼ ਜਿਹੜੇ ਹੈਵਣ ਕਹਿੰਦੇ ਹੈਵਣ ਫੰਨੇ ਅਰਫੀ ਦੇ ਵੱਡੇ ਸ਼ਹਿਬਾਜ਼ ਕਹਿੰਦੇ ਹੈਵਣ ਬੈਤ ਮਾਨਿੰਦ ਗਰਦੂ ਤੇਰੇ, ਮਿਸਰੇ ਮਾਨੀ ਦੇ ਖੋਲ ਸੈਲਾਬ ਦੇਂਦੇ, ਮਿਸਰੇ ਮਾਨੀ ਦੇ ਖੋਲ ਸੈਲਾਬ ਦੇਂਦੇ, ਤੇ ਅਲਫਾਜ਼ ਵੱਖਰੇ ਬੁਕਲ ਮੂੰਹ ਤੇਰੇ, ਨੁਕਤਾਦਾਨ ਇਕਬਾਲ ਤਸਲੀਮ ਕਰਦੇ ਬੰਦਿਸ਼ ਚੁਸਤ ਪੈਚੀਦਾ ਮਜ਼ਮੂਨ ਤੇਰੇ, ਮੋਤੀ ਕੋਸ਼ੇ ਇਰਫਾਨ ਥੀ ਮਿਲੇ ਤੈਨੂੰ, ਸੀਨਾ ਇਸ਼ਕ ਨੇ ਕੀਤਾ ਮਜ਼ਰੂਬ ਤੇਰਾ, ਤੇਰਾ ਫਹਿਮੋ ਅਦਰਾਕ ਹੈਰਾਨ ਕਰਦਾ ਹੈਵਣ ਸੁਖਨ ਕਸ਼ਾਫੇ ਮਹਿਜੂਬ ਤੇਰਾ, ਤੇਰੇ ਲਫਜ਼ਾਂ ਨੂੰ ਵੇਖ ਮਹਿਸੂਸ ਹੁੰਦਾ ਕਲਮ ਤੋਰਦਾ ਆਪੇ ਮਹਿਬੂਬ ਤੇਰਾ, ਮੰਨਦੇ ਇਨਸ਼ਾ ਪਰਦਾਜ਼ ਇਕਬਾਲ ਸਾਰੇ ਵੱਖਰੀ ਫਿਕਰ ਤੇ ਵੱਖਰਾ ਅਸਲੂਬ ਤੇਰਿਆ। ਮਿਹਰਬਾਨੀ, ਸ਼ੁਕਰੀਆ।